1,79,000 ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰ ਆ ਜਿਹੜੇ ਰੀਵੋਕ ਹੋਏ ਆ ਜਾਂ ਡਾਊਨਗ੍ਰੇਡ ਕੀਤੇ ਗਏ ਹੈਗੇ ਆ, ਉਹਨਾਂ ਨੂੰ ਪ੍ਰੋਹਿਬਿਟਡ ਸਟੇਟਸ ਪਾਇਆ ਉਹ ਡਰੱਗ ਟੈਸਟਿੰਗ ਨੂੰ ਲੈ ਕੇ, ਉਹਦੇ ਬਾਰੇ ਜ਼ਰੂਰ ਆਪਾਂ ਥੋੜਾ ਡਿਸਕਸ ਕਰ ਲਈਏ। ਬਿਲਕੁਲ ਜੀ, ਜਿਹੜੇ ਆਪਣੇ ਡਰਾਈਵਰ ਹੈਗੇ ਆ ਜੇ ਕੋਈ ਵੀ ਪੋਜ਼ਿਟਿਵ ਹੈਗਾ ਤੇ ਉਹਨਾਂ ਨੂੰ DMV ਵੱਲੋਂ ਲੈਟਰ ਜਿਹੜੇ ਆ ਜਾਣੇ ਸ਼ੁਰੂ ਹੋ ਗਏ ਆ। ਜੇ ਤੁਹਾਨੂੰ ਉਹ ਲੈਟਰ ਮਿਲਦਾ ਹੈਗਾ ਜਾਂ ਤੁਸੀਂ ਪੋਜ਼ਿਟਿਵ ਹੈਗੇ ਆ ਤੇ ਤੁਸੀਂ ਫਿਰ ਤੋਂ ਦੁਬਾਰਾ ਤੋਂ ਟਰੱਕਿੰਗ ਇੰਡਸਟਰੀ ਦੇ ਵਿੱਚ ਰਹਿਣਾ ਚਾਹੁੰਦੇ ਕਰਨਾ ਚਾਹੁੰਦੇ ਆ ਤੇ ਤੁਹਾਨੂੰ ਸਬਸਟੈਂਸ ਅਬਿਊਸ ਪ੍ਰੋਫੈਸ਼ਨਲ ਦੇ ਜਾਣਾ ਪੈਣਾ ਆ। ਜੇ ਤੁਹਾਨੂੰ ਉਹਦੀ ਤੁਹਾਡੇ ਕੋਲ ਨਹੀਂ ਇਨਫੋਰਮੇਸ਼ਨ ਹੈਗੀ ਜਾਂ ਤੁਸੀਂ ਨਹੀਂ ਤੁਹਾਨੂੰ ਪਤਾ ਲੱਗ ਰਿਹਾ, ਤੁਸੀਂ ਸਾਨੂੰ ਨਾਬਕਾ 'ਚ ਕਾਲ ਕਰ ਸਕਦੇ ਆ, ਜਿਹੜਾ ਸਾਡਾ 877-622-1313 ਨੰਬਰ ਹੈਗਾ, ਉੱਤੇ ਕਾਲ ਕਰ ਲਓ ਜਾਂ ਸਾਨੂੰ ਟੈਕਸਟ ਕਰ ਲਓ 5597018000 ਤੇ। ਵੀ ਵਿਲ ਹੈਲਪ ਯੂ ਟੂ ਗੈਟ ਥਰੂ ਦਿਸ। ਤੇ ਜੇ ਤੁਸੀਂ ਆਪਣਾ ਜਿਹੜਾ ਲਾਇਸੈਂਸ ਆ ਉਹ ਤੁਹਾਡਾ ਮਤਲਬ ਡਾਊਨਗ੍ਰੇਡ ਹੋ ਚੁੱਕਾ ਜਾਂ ਕੁਛ ਵੀ ਆ, ਜੇ ਤੁਸੀਂ ਪੋਜ਼ਿਟਿਵ ਹੈਗੇ ਆ ਤੇ ਯੂ ਵਾਂਟ ਟੂ ਕਮ ਆਊਟ ਆਫ ਇਟ, ਉਹਦੇ ਲਈ ਤੁਸੀਂ ਸਾਡੀ ਹੈਲਪ ਲੈ ਸਕਦੇ ਆ। ਵੀ ਵਿਲ ਟਰਾਈ ਟੂ ਗਿਵ ਯੂ ਕਿ ਜਿਹੜਾ ਸੈਪ ਦੇ ਥਰੂ ਜਾਣਾ ਆ। ਜਿਹੜਾ ਇਹ ਭਾਜੀ ਪ੍ਰੋਗਰਾਮ ਹੈਗਾ ਨਾ, ਜਿਹੜਾ ਸਤਸੰਗ ਜ਼ਬੀਰ ਦਾ ਪ੍ਰੋਗਰਾਮ ਹੈਗਾ ਆ, ਬੜੀਆਂ ਕੰਪਨੀਆਂ ਜਿਹੜੀਆਂ ਆ ਜਿਹੜੇ ਯੂਨੋ ਅਮੈਰੀਕਨ ਕੰਪਨੀਆਂ ਹੈਗੀਆਂ, ਉਹ ਬੜੇ ਪ੍ਰੋਪਰ ਢੰਗ ਦੇ ਨਾਲ ਇਹਨਾਂ ਨੂੰ ਜਿਹੜਾ ਜਿੱਦਾਂ ਕਰਨਾ ਉਹ ਕਰਦੀਆਂ, ਪਰ ਸਾਡੀਆਂ ਕੰਪਨੀਆਂ ਇਹਦੇ ਵਿੱਚ ਬਹੁਤ ਅਣਗਹਿਲੀ ਕਰ ਰਹੀਆਂ ਹੈਗੀਆਂ। ਪਹਿਲੀ ਗੱਲ ਹੈ, ਤੁਸੀਂ ਸੈਪ ਵਾਲਾ ਡਰਾਈਵਰ ਹਾਇਰ ਕਰ ਰਹੇ ਆ, ਸੈਪ ਵਾਲੇ ਡਰਾਈਵਰ ਨੂੰ ਹਾਇਰ ਕਰਨ ਦਾ ਮਤਲਬ ਇਹ ਆ ਕਿ ਤੁਸੀਂ ਜਾਂ ਤੁਹਾਡਾ TPA ਜਿਹੜੀ ਕੰਪਨੀ ਤੁਹਾਡਾ ਡਰੱਗ ਟੈਸਟ ਹੈਂਡਲ ਕਰਦੀ ਆ, ਜਿਹਨੂੰ ਤੁਸੀਂ TPA ਆਪਣਾ ਬਣਾਇਆ ਆ, ਜਾਂ ਤੁਸੀਂ ਜਾਂ ਤੁਹਾਡਾ TPA ਜਿਹੜਾ ਆ ਸੈਪ ਡਰਾਈਵਰ ਦੇ ਜਿਹੜੇ ਫੋਲੋ ਅਪ ਡਰੱਗ ਟੈਸਟ ਆ ਰੈਂਡਮਲੀ ਤੁਸੀਂ ਕੰਪਲੀਟ ਕਰਵਾਉਣੇ, ਉਹ ਤੁਹਾਡੀ ਤੇ ਤੁਹਾਡੇ TPA ਦੀ ਜ਼ਿੰਮੇਵਾਰੀ ਆ ਉਹ ਕੰਪਲੀਟ ਕਰਾਉਣੇ, ਠੀਕ ਆ। ਜਿਹੜਾ ਇਹਦਾ ਪ੍ਰੋਸੈਸ ਹੈਗਾ ਆ, ਜਦੋਂ ਕੋਈ ਵੀ ਤੁਸੀਂ ਸੈਪ ਵਾਲਾ ਡਰਾਈਵਰ ਨੂੰ ਹਾਇਰ ਕਰਦੇ ਆ, ਸੈਪ ਵਾਲੇ ਡਰਾਈਵਰ ਦਾ ਪਹਿਲਾ ਟੈਸਟ ਜਿਹੜਾ ਆ, ਜਿੱਦਣ ਉਹ ਸੈਪ ਉਹਨੂੰ ਰਿਲੀਜ਼ ਕਰਦਾ ਆ ਪ੍ਰੋਗਰਾਮ 'ਚ, ਉਹ ਪਹਿਲੇ ਸੈਪ ਨੂੰ ਦਿੰਦਾ ਕਿ ਯੂ ਆਰ ਰੈਡੀ ਫੋਰ ਜੋਬ ਨਾਓ ਕੈਨ ਹੈਵ ਯੂਰ ਰਿਟਰਨ ਡਿਊਟੀ ਟੈਸਟ। ਸੋ ਰਿਟਰਨ ਟੂ ਡਿਊਟੀ ਟੈਸਟ ਜਿਹੜਾ ਆ ਉਹ ਤੁਸੀਂ ਤੁਹਾਡੀ ਕੰਪਨੀ ਜਿਹੜੀ ਆ ਉਹ ਕਰਵਾ ਕੇ, ਉਸ ਤੋਂ ਬਾਅਦ ਜਿਹੜਾ ਰਿਟਰਨ ਟੂ ਡਿਊਟੀ ਟੈਸਟ ਆ ਉਹ ਨੈਗੇਟਿਵ ਰਿਪੋਰਟ ਜਿਹੜੀ ਆ ਤੁਹਾਨੂੰ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ 'ਚ ਜਾ ਕੇ ਉਹ ਰਿਪੋਰਟ ਸਬਮਿਟ ਕਰਨੀ ਪੈਣੀ ਆ ਉਸ ਡਰਾਈਵਰ ਦੇ ਨਾਂ 'ਤੇ। ਉਹ ਰਿਪੋਰਟ ਕਿਹਨੇ ਸਬਮਿਟ ਕਰਨੀ ਆ, ਉਹ ਜਿਹੜੀ ਟਰੱਕਿੰਗ ਕੰਪਨੀ ਨੇ ਹਾਇਰ ਕੀਤਾ ਉਹਨੇ ਜਾਂ ਉਹਦੇ TPA ਨੇ, ਉਹ ਰਿਪੋਰਟ ਸਬਮਿਟ ਕਰਨੀ ਆ ਪਹਿਲੀ ਰਿਪੋਰਟ ਜਿਹੜੀ ਆ ਰਿਟਰਨ ਟੂ ਡਿਊਟੀ ਦੀ ਉਹਦੇ ਕਲੀਨਿੰਗ ਹਾਊਸ ਦੇ ਵਿੱਚ, ਕੰਪਨੀ ਦੇ ਕਲੀਨਿੰਗ ਹਾਊਸ 'ਚ ਕਰਨੀ ਆ, ਡਰਾਈਵਰ ਦੇ ਨਾਂ 'ਤੇ ਰਿਪੋਰਟ ਉਹ ਚਾੜਨੀ ਕਿ ਇਹਨੇ ਰਿਟਰਨ ਟੂ ਡਿਊਟੀ ਟੈਸਟ ਕਰ ਲਿਆ। ਉਸ ਤੋਂ ਬਾਅਦ ਉਹਦੇ ਸਾਰੇ ਫੋਲੋ ਅਪ ਡਰੱਗ ਟੈਸਟ ਜਿਹੜੇ ਹੋਣੇ ਆ, ਉਹ ਮੰਨ ਲਓ ਉਹਦੇ 5 ਆ 10 ਆ 15 ਆ 20 ਆ, ਜਿੰਨੇ ਮਰਜ਼ੀ ਉਹਦੇ ਫੋਲੋ ਅਪ ਡਰੱਗ ਟੈਸਟ ਆ, ਉਹਦੇ ਸਾਰੇ ਫੋਲੋ ਅਪ ਡਰੱਗ ਟੈਸਟ ਹੋਣੇ ਆ। ਤੇ ਜਿਹੜਾ ਐਂਡ ਵਾਲਾ ਫੋਲੋ ਅਪ ਡਰੱਗ ਟੈਸਟ ਜਿੱਦਾਂ ਹੁੰਦਾ ਆ, ਉਦੋਂ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਫਿਰ ਅਗੇਨ ਜਿਹੜੀ ਟਰੱਕਿੰਗ ਕੰਪਨੀ 'ਚੋਂ ਕੰਮ ਕਰ ਰਿਹਾ ਆ ਉਹਦੀ ਕੰਪਨੀ ਦੀ ਜਾਂ ਉਹਦੀ ਕੰਪਨੀ ਦੇ TPA ਦੀ ਜ਼ਿੰਮੇਵਾਰੀ ਆ ਕਿ ਉਹ ਜਿਹੜਾ ਡਰੱਗ ਟੈਸਟ ਲਾਸਟ ਦਾ ਫੋਲੋ ਅਪ ਡਰੱਗ ਟੈਸਟ ਨੈਗੇਟਿਵ ਆਇਆ, ਉਹ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਕੰਪਨੀ ਦੇ ਵਿੱਚ ਜਾ ਕੇ ਉਸ ਡਰਾਈਵਰ ਦੇ ਨਾਂ 'ਤੇ ਰਿਪੋਰਟ ਕਰਨਾ ਆ, ਤਾਂ ਕਿ ਉਹ ਡਰਾਈਵਰ ਜਿਹੜਾ ਆ ਉਸ ਆਪਣੀ ਸਿਸਟਮ 'ਚੋਂ ਬਾਹਰ ਨਿਕਲ ਸਕੇ, ਉਸ ਵਾਇਲੇਸ਼ਨ ਉਹਦੀ ਕਲੀਅਰ ਹੋ ਸਕੇ। ਸੋ ਇਹਦੇ ਵਿੱਚ ਇਹ ਆ ਕਿ ਜੇ ਤੁਸੀਂ ਕਿਸੇ ਸੈਪ ਡਰਾਈਵਰ ਨੂੰ ਹਾਇਰ ਕੀਤਾ, ਮੰਨ ਲਓ 1 ਸਾਲ ਦੇ ਪ੍ਰੋਗਰਾਮ ਆ, 1 ਸਾਲ ਦਾ ਉਹਦਾ 12 ਟੈਸਟ ਹੋਣੇ ਆ, ਤੁਸੀਂ 6 ਟੈਸਟ ਕਰਾਇਆ, ਡਰਾਈਵਰ ਛੱਡ ਕੇ ਚਲਾ ਗਿਆ, ਠੀਕ ਆ, ਡਰਾਈਵਰ ਹੋਰ ਕਿਸੇ ਕੰਪਨੀ 'ਚ ਜਾ ਰਿਹਾ ਹੈਗਾ, ਉਹਦਾ ਜੇ ਮੰਨ ਲਓ ਡਰਾਈਵਰ ਅੱਜ ਤੁਹਾਡੇ ਛੱਡ ਕੇ ਜਾਂਦਾ ਤੇ ਅਗਲਾ 1 ਮਹੀਨਾ ਜਾਂ 2 ਮਹੀਨੇ ਉਹ ਕੰਮ ਨਹੀਂ ਕਰਦਾ, ਉਹਨੂੰ ਜੋਬ ਨਹੀਂ ਮਿਲਦੀ,
ਉਹ 2 ਮਹੀਨੇ ਵਾਸਤੇ ਉਹਦੇ ਫੋਲੋ ਅਪ ਡਰੱਗ ਟੈਸਟ ਹੋਲਡ ਤੇ ਪੈ ਜਾਣਗੇ, ਉਹ ਆਪਣੇ ਆਪ ਫੋਲੋ ਅਪ ਨਹੀਂ ਕਰਵਾ ਸਕਦਾ। ਉਸ ਤੋਂ ਬਾਅਦ ਜਦੋਂ ਨੈਕਸਟ ਕੰਪਨੀ ਦੇ ਵਿੱਚ ਹਾਇਰ ਹੁੰਦਾ ਤੇ ਨੈਕਸਟ ਕੰਪਨੀ ਦੇ ਵਿੱਚ ਫਿਰ ਉਹਦੇ ਫੋਲੋ ਅਪ ਸਟਾਰਟ ਹੁੰਦੇ ਆ, ਤੇ ਉਹ ਫੋਲੋ ਅਪ ਜਿਹੜੇ ਸਟਾਰਟ ਹੁੰਦੇ ਆ ਉਹ ਫਿਰ ਅਗਲੇ ਜਿਹੜਾ ਐਂਡ ਵਾਲਾ ਫੋਲੋ ਅਪ ਆ ਉਹ ਜਾ ਕੇ ਕਲੀਨਿੰਗ ਹਾਊਸ ਦੇ ਵਿੱਚ ਦਾਖਲ ਕਰਨਗੇ, ਤਾਂ ਉਹ ਡਰਾਈਵਰ ਦੀ ਜਿਹੜੀ ਆ ਵਾਇਲੇਸ਼ਨ ਕਲੀਅਰ ਹੋਣੀ ਆ। ਸੋ ਇਹ ਬੜਾ ਟੀਡੀਅਸ ਪ੍ਰੋਸੈਸ ਹੈਗਾ, ਬੜਾ ਮਤਲਬ ਟਾਈਮ ਕੰਜ਼ਿਊਮਿੰਗ ਪ੍ਰੋਸੈਸ ਹੈਗਾ, ਪਰ ਇਹਨੂੰ ਸਹੀ ਢੰਗ ਨਾਲ ਕਰਨਾ ਜਿਹੜਾ ਉਹ ਸਾਡਾ ਫਰਜ਼ ਬਣਦਾ। ਸੋ ਇਸ ਕਰਕੇ ਮੈਂ ਟਰੱਕਿੰਗ ਕੰਪਨੀ ਨੂੰ ਕਹਿਣਾ ਕਿ ਜਿੰਨੇ ਵੀ ਸੈਪ ਦੇ ਡਰਾਈਵਰ ਜੇ ਕਿਸੇ ਨੇ ਹਾਇਰ ਕੀਤਾ ਆ, ਸੈਪ ਦੇ ਡਰਾਈਵਰ ਸਾਡੇ ਕੋਲ ਬਹੁਤ ਆਉਂਦੇ ਆ ਜਿਹੜੇ ਕਹਿੰਦੇ ਵੀ ਮੇਰੀ ਕੰਪਨੀ ਨਹੀਂ ਕਰਵਾ ਰਹੀ ਆ, ਮੇਰੀ ਕੰਪਨੀ ਕੇਅਰ ਨਹੀਂ ਕਰ ਰਹੀ, ਉਹਨਾਂ ਨੇ ਸਾਡੇ ਕੋਲ ਕਈ ਆਉਂਦੇ ਜਿਹੜੇ ਕਹਿੰਦੇ ਮੈਂ 6 ਮਹੀਨੇ ਹੋ ਗਏ ਕੰਮ ਕਰਦੇ, ਉਹਨਾਂ ਨੇ ਮੇਰਾ ਕੋਈ ਟੈਸਟ ਨਹੀਂ ਕਰਾਇਆ। ਸੋ ਉਹ ਚੀਜ਼ਾਂ ਜਿਹੜੀਆਂ ਆ ਉਹ ਕੰਪਨੀ ਦੀ ਰਿਸਪੋਂਸੀਬਿਲਿਟੀ ਆ। ਕੱਲ੍ਹ ਨੂੰ ਤੁਸੀਂ ਉਸ ਡਰਾਈਵਰ ਨੂੰ ਹਾਇਰ ਕੀਤਾ ਜਿਹੜਾ ਸੈਪ ਵਾਲਾ, ਤੁਸੀਂ ਇਹ ਕੰਮ ਨਹੀਂ ਕਰਵਾਉਂਦੇ, ਤੁਸੀਂ ਆਡਿਟ ਦੇ ਵਿੱਚ ਜਾਂ ਕਿਸੇ ਵੀ ਚੀਜ਼ ਦੇ ਵਿੱਚ ਤੁਹਾਨੂੰ ਕੱਲ੍ਹ ਨੂੰ ਇਸ਼ੂ ਤੇ ਪ੍ਰੋਬਲਮ ਖੜੀ ਹੋ ਸਕਦੀ ਹੈ। ਜੀ ਸੋ ਬਿਲਕੁਲ, ਇੱਕ ਵਾਰੀ ਇਹ ਇਕੱਲਾ ਕੰਪਨੀ ਨਹੀਂ, ਟਰੱਕ ਡਰਾਈਵਰ ਵੀ ਜਿਹੜੇ ਨੋਟ ਕਰਨ, ਇਹ ਬਹੁਤ ਵੱਡਾ ਨੰਬਰ ਆ। 1,79,000 ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਆ ਉਹਨਾਂ ਨੂੰ ਪ੍ਰੋਹਿਬਿਟਡ ਸਟੇਟਸ ਚ ਪਾਇਆ ਗਿਆ ਆ, ਕਿਉਂਕਿ ਉਹਨਾਂ ਦਾ ਡਰੱਗ ਤੇ ਅਲਕੋਹਲ ਦੀ ਜਿਹੜੀ ਵਾਇਲੇਸ਼ਨ ਹੋਈ ਆ ਉਹ ਕਲੀਅਰਿੰਗ ਹਾਊਸ ਨੂੰ ਰਿਪੋਰਟ ਹੋਈ ਆ। ਤੇ ਸਭ ਤੋਂ ਮਾੜਾ ਕੰਮ ਇਹ ਆ ਵੀ ਜਿੱਦਣ ਦਾ ਇਹ ਹੋਇਆ ਆ ਤੇ ਅੱਜ ਤੱਕ 1,36,244 ਡਰਾਈਵਰ ਨੇ ਜਿਹੜਾ ਰਿਟਰਨ ਟੂ ਡਿਊਟੀ ਪ੍ਰੋਸੈਸ ਆ ਜਿਹੜੀ ਰਮਨ ਭਾਜੀ ਨੇ ਦੱਸੀ ਆ ਉਹ ਹਜੇ ਸ਼ੁਰੂ ਨਹੀਂ ਕੀਤੀ ਹੈਗੀ। ਸੋ ਇਹਦਾ ਮਤਲਬ ਇਹ ਆ ਵੀ ਉਹ ਕਮਰਸ਼ੀਅਲ ਮੋਟਰ ਵਹੀਕਲ ਚਲਾ ਨਹੀਂ ਸਕਦੇ ਜਦ ਤੱਕ ਇਹ ਪ੍ਰੋਸੈਸ ਕੰਪਲੀਟ ਨਹੀਂ ਹੁੰਦੀ। ਸੈਪ ਦੇ ਵਿੱਚ ਤੇ ਮਹਿਜ 1783 ਲੋਕ ਗਏ ਨੇ ਜਿਹੜੇ ਸੈਪ ਵਾਲੇ ਪ੍ਰੋਗਰਾਮ ਦੇ ਵਿੱਚ 1,79,000 ਦੇ ਵਿੱਚ। ਹਰਜੋਤ ਭਾਜੀ ਜਿਹੜੀ ਤੁਸੀਂ ਗੱਲ ਕੀਤੀ ਜਿੰਨੇ ਚਿਰ ਇਹ ਪ੍ਰੋਗਰਾਮ ਕੰਪਲੀਟ ਨਹੀਂ, ਜਿੰਨਾ ਇਹ ਉਦੋਂ ਡਰਾਈਵਿੰਗ ਸ਼ੁਰੂ ਕਰ ਸਕਦੇ ਆ ਜਦੋਂ ਤੁਸੀਂ ਸੈਪ ਦੀ ਕਲਾਸ ਲੈ ਲਈ। ਸੈਪ ਨਾਲ ਪਹਿਲਾਂ ਤੁਹਾਡੀ ਗੱਲਬਾਤ ਹੋਣੀ ਘੰਟੇ ਵਾਸਤੇ, ਫਿਰ ਉਹਨੇ ਤੁਹਾਨੂੰ 2-3-4-5 ਘੰਟੇ ਦੀਆਂ ਆਨਲਾਈਨ ਕਲਾਸਿਸ ਦੇਣੀਆਂ। ਜਦੋਂ ਤੁਸੀਂ ਉਹ ਕਲਾਸਿਸ ਪੂਰੀਆਂ ਕਰ ਲਈਆਂ, ਤੁਸੀਂ ਵਾਪਸ ਸੈਪ ਕੋ ਗਏ, ਉਹਨੇ ਤੁਹਾਨੂੰ ਰਿਲੀਜ਼ ਕਰ ਦੇਣਾ ਫੋਰ ਰਿਟਰਨ ਟੂ ਡਿਊਟੀ। ਉਦੋਂ ਤੁਸੀਂ ਜੋਬ ਸ਼ੁਰੂ ਕਰ ਸਕਦੇ ਹੋ, ਰਿਟਰਨ ਟੂ ਡਿਊਟੀ ਟੈਸਟ ਲੈ ਕੇ ਉਸ ਤੋਂ ਬਾਅਦ ਜੋਬ ਸ਼ੁਰੂ ਕਰ ਸਕਦੇ ਆ। ਤੇ ਚਾਹੇ ਉਸ ਤੋਂ ਬਾਅਦ ਤੁਹਾਨੂੰ 2 ਸਾਲ ਲੱਗ ਜਾਣ, 1 ਸਾਲ ਲੱਗ ਜਾਵੇ, ਉਹ ਕੰਪਲੀਟ ਕਰਨ ਨੂੰ ਉਹਦੀ ਵਾਇਲੇਸ਼ਨ ਕਲੀਅਰ ਤੁਹਾਡੀ ਉਦੋਂ ਹੋਣੀ ਆ ਜਦੋਂ ਲਾਸਟ ਫਾਲੋ ਅਪ ਤੁਹਾਡਾ ਦਾਖਲ ਹੋ ਗਿਆ ਕਲੀਅਰਿੰਗ ਹਾਊਸ। ਜੀ ਜੀ, ਸੋ ਬਿਲਕੁਲ ਲੰਮਾ ਚੌੜਾ ਪ੍ਰੋਸੈਸ ਆ, ਮਲਟੀਪਲ ਸਟੈਪਸ ਨੇ। ਸੋ ਮੇਕ ਸ਼ੋਰ ਕਰੋ ਵੀ ਇਸ ਚੀਜ਼ ਨੂੰ ਜਿਹੜਾ ਤੁਸੀਂ ਜ਼ਰੂਰ ਇਹ ਕਰੋ। ਸੋ ਆਉਂਦੇ ਦਿਨਾਂ ਦੇ ਵਿੱਚ ਹੁਣ ਕੰਪਲਾਇੰਸ ਦੇ ਲਈ ਰਮਨ ਜੀ ਓਬਵੀਅਸਲੀ ਨਵੀਆਂ ਨਵੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ, ਰੈਗੂਲੇਸ਼ਨ ਜਿਹੜੇ ਉਹ ਵੱਧਦੇ ਜਾ ਰਹੇ ਆ,